ਇਹ ਹੈ ਜੀ ਇੱਥੇ ਰੀਅਲ ਸਟੇਟ ਦਾ ਆਫਿਸ, ਜਿਹਨੇ ਘਰ ਵੇਚਣਾ, ਰੈਂਟ 'ਤੇ ਲਾਉਣਾ, ਜਾਂ ਤੁਸੀਂ ਕੋਈ ਵੀ ਹੈ ਸਾਰਾ ਬਾਏ ਕਰਨਾ, ਬਾਏ ਕਰਨਾ ਇੱਥੋਂ ਖਰੀਦ ਸਕਦੇ ਹੋ। ਆਹ ਜ਼ਿਮੀਂਦਾਰਾਂ ਦੀ ਸ਼ੋਪ ਆ ਜੀ, ਜ਼ਿਮੀਂਦਾਰਾਂ ਨੇ ਕਿਤੇ ਰੇਹ ਸਪਰੇ ਕੋਈ ਪੈਨ ਤਾਰ ਕੁਛ ਵੀ ਲੈਣਾ ਤਾਂ ਇਹ ਮਿਸਟਰ ਲਿਊ ਕੇ ਚਲਾਉਂਦੇ ਆ ਜੀ, ਅਤੇ ਇਹ ਵੀ ਬੜੀ ਕਾਮਨ ਅਤੇ ਵਧੀਆ ਸ਼ੋਪ ਚੱਲਦੀ ਹੈ ਜੀ। ਮੈਂ ਗਿਆ ਇਹਨਾਂ 'ਤੇ, ਪੁੱਛਿਆ ਕਈਆਂ ਗੱਲਾਂ ਦਾ ਭਾਅ ਭੂ। ਅੱਛਾ, ਤੇ ਇੰਡੀਆ ਉੱਥੋਂ ਨਾਲੋਂ ਫਰਕ ਹੈ ਫਿਰ ਬਾਪੂ ਦਾ ਕੋਈ ਇੰਗਲੈਂਡ ਦਾ? ਹਾਂਜੀ, ਇੰਗਲੈਂਡ ਨਾਲ ਕੋਈ ਫਰਕ ਲੱਗਿਆ? ਇਹ ਕੋਆਪਰੇਟਿਵ ਸ਼ੋਪ ਆ ਜੀ, ਦੇਖ ਲਓ ਇੱਥੇ ਇੱਥੇ ਲੋਕ ਚੰਗੇ ਆ ਬਹੁਤ, ਉੱਥੇ ਨੂੰ ਸਾਡੇ ਨੂੰ ਤੁਹਾਡੇ ਉੱਥੇ ਖੁਸ਼ਕ ਆ ਲੋਕ, ਆ ਖੁਸ਼ਕ ਆ ਉੱਥੇ, ਪਰ ਉਹ ਨਾ ਇੱਥੇ ਇੱਕਦਮ ਮਿਲ ਜਾਂਦੇ ਆ, ਉੱਥੇ ਕਿਸੇ ਜਾਣ ਪਛਾਣ ਪਾਉਣ ਨੂੰ ਬਹੁਤ ਸਾਲ ਲੱਗਦੇ ਆ, ਤੇ ਇੱਥੇ ਇੱਕਦਮ ਇਹ ਜੇ ਤੁਸੀਂ ਬਾਤ ਬੋਲਦੇ ਹੋ ਨਾ ਚੰਗੀ ਤਰ੍ਹਾਂ, ਇੱਕਦਮ ਫਿਰ ਮਿਲ ਜਾਂਦੇ ਆ, ਜੇ ਤੁਹਾਡੀ ਬਾਤ 'ਚ ਕੋਈ ਫਰਕ ਨਹੀਂ ਹੈ ਇਹਨਾਂ ਨੂੰ। ਕਈ ਘਰ ਬਣਾਉਂਦੇ ਆ, ਪਰ ਇਹ ਕਾਫੀ ਸ਼ੋਪ ਪਹਿਲਾਂ ਇੱਕ ਜਿਹੜੀ ਉਹ ਤਾਂ ਬਹੁਤ ਜ਼ਿਆਦਾ ਚੱਲਦੀ ਸੀ, ਹੁਣ ਥੋੜ੍ਹਾ ਜਿਹਾ ਹੋ ਸਕਦਾ ਕੰਟਰੋਲ ਘੱਟ ਹੋਵੇ, ਅਤੇ ਇੱਦਾਂ ਪੁਰਾਣਾ ਸਮਾਨ ਜਿਹੜਾ ਲੋਕ ਦੇ ਜਾਂਦੇ ਆ ਫਿਰ ਉਹਨੂੰ ਗਾਂਹ ਦੀ ਗਾਂਹ ਲੋੜਵੰਦ ਲੈ ਜਾਂਦੇ ਆ, ਇੱਦਾਂ ਉਹਦੀ ਸ਼ੋਪ ਆ। ਨਿੱਕੀਆਂ ਨਿੱਕੀਆਂ ਚੀਜ਼ਾਂ ਸਾਰੀਆਂ ਇਸ ਟਾਊਨ ਦੇ ਵਿੱਚ ਹੈਗੀਆਂ ਜੇ ਆਪਾਂ ਕਹੀਏ ਤਾਂ, ਤੇ ਕੰਮ ਚਲਾਉਣ ਯੋਗੀਆਂ, ਕੰਮ ਚਲਾਉਣ ਯੋਗੀਆਂ ਹੈਗੀਆਂ, ਮੁੱਢਲੀਆਂ ਸਹੂਲਤਾਂ ਆਉਂਦੀਆਂ ਉਹ ਹੈਗੀਆਂ ਸਾਰੀਆਂ, ਜਿਹੜੀਆਂ ਆਪਾਂ ਨੂੰ ਸ਼ਹਿਰ ਜਾਣ ਦੀ ਲੋੜ ਨਹੀਂ, ਹਰ ਚੀਜ਼ ਮਿਲ ਜਾਂਦੀ, ਥੋੜੀ ਜਿਹੀ ਮਹਿੰਗੀ ਹੁੰਦੀ ਆ ਆਮ ਨਾਲੋਂ, ਪਰ ਫਿਰ ਵੀ ਮਿਲ ਜਾਂਦੀ ਆ, ਹਾਂ ਫਿਰ ਸਾਰ ਦਿੰਦੀ ਆ ਕੰਮ, ਸਾਰ ਦਿੰਦੀ ਆ ਕੰਮ। ਹਾਂ ਹਾਂ, ਚਲੋ ਕੁੜੀ ਸੀ ਉਹਦੇ ਨਾਲ ਕੰਮ ਕਰਦੀ ਸੀ। ਅੱਛਾ, ਨਹੀਂ ਤੁਸੀਂ ਮਲਾਈ ਭਾਸ਼ਾ ਆਉਂਦੀ ਆ ਤੁਹਾਨੂੰ? ਆਉਂਦੀ ਆ, ਹਾਂਜੀ, ਉੱਥੇ ਰਹੇ ਕਰਕੇ ਸਾਡੇ ਯਾਦ ਆ ਜੇ ਮਲੇਸ਼ੀਆ, ਤੁਸੀਂ ਸਿੰਗਾਪੁਰ ਰਹੇ ਸੀ? ਹਾਂ, ਫਿਰ ਉੱਥੇ ਫਸਟ ਮੈਂ ਉਤਰਿਆ ਤੇ ਗੋਰੀ ਸੀਗੀ ਉੱਥੇ ਕੁੜੀ, ਤੇ ਉਹ ਮੈਂ ਕਿਹਾ ਤੇਰੀ ਨਾਲ ਦੀ ਕਿੱਥੋਂ ਦੀ ਆ? ਉਹ ਕਹਿੰਦੀ ਮਲੇਸ਼ੀਆ ਦੀ। ਫਿਰ ਮੈਂ ਉਹਨੂੰ ਆਖਿਆ ਉਹਨਾਂ ਦੀ ਬਾਤ 'ਚ ਆਪਾਂ ਮਾਚਾ ਬਾਗੁਸ, ਫਿਰ ਉਹ ਹੱਸ ਪਈ। ਬਾਤ ਅਸੀਂ ਉਹਨਾਂ ਦੀ ਵੀ ਜਾਣਦੇ ਹਾਂ, ਕੋਈ ਬੰਦਾ ਮਿਲ ਜਾਏ ਤਾਂ। ਇੱਥੇ ਇੱਥੇ ਨਾ ਮੈਨੂੰ ਤੁਸੀਂ ਐਂ ਦੱਸੋ ਵੀ ਪਿੰਡ ਦੇ ਪਿੰਡ ਤੇ ਤੁਸੀਂ ਮੇਰੇ ਨਾਲ ਵੱਧ ਜਾਣਗੇ ਮਹੀਨੇ 'ਚ? ਮਹੀਨੇ 'ਚ? ਹਾਂ ਜੀ, ਹਾਂ ਮੈਂ ਇੱਥੇ ਉਹਨਾਂ ਨਹੀਂ ਜਾਣਦਾ 8 ਮਹੀਨਿਆਂ 'ਚ ਮੈਂ, ਪਰ ਇੱਥੇ ਲੋਕਾਂ ਨਾਲ ਗੱਲਾਂ ਬਾਤਾਂ ਕਰਦਾ ਨਾ, ਗੱਲਬਾਤ ਕਰਦਾ ਕਰਕੇ। ਤੇ ਪੰਪ ਆ ਜਿਹੜਾ, ਉਹ ਪੰਪ ਇੱਕ ਅਫਗਾਨੀ ਦਾ, ਉਹਨੂੰ ਮਿਲ ਕੇ ਆਇਆ ਤੁਸੀਂ? ਮਿਲ ਕੇ ਆਇਆ ਮੈਂ ਉਹਨੂੰ। ਕੀ ਆਦਾ ਉਹ ਬੰਦਾ ਵੀ ਚੰਗਾ, ਬਹੁਤ ਚੰਗਾ, ਬਹੁਤ ਚੰਗਾ ਬੰਦਾ। ਦੇਖ ਲਓ ਇੱਥੇ ਹੁਣ ਆਹ ਲਾਈਟਾਂ ਵੀ ਹੈ ਨਹੀਂ ਇਸ ਪਿੰਡ ਦੇ ਵਿੱਚ, ਸਿਰਫ ਉਹ ਹੀ ਟ੍ਰੈਫਿਕ ਲਾਈਟਾਂ ਲਾਈਆਂ ਹੋਈਆਂ ਸਾਈਨ, ਅਤੇ ਕਿਸੇ ਦਾ ਟਾਈਮ ਤਾਂ ਬਰਬਾਦ ਹੁੰਦਾ ਹੀ ਨਹੀਂ ਕਿਸੇ ਚੀਜ਼ 'ਤੇ। ਹਾਂ, ਅਤੇ ਹੋਰ ਇਸ ਪਿੰਡ ਦੀ ਜਾਂ ਇਸ ਨੇੜੇ, ਤੁਸੀਂ ਹੋਰ ਇੱਦੂ ਹੋਰ ਕਿਸੇ ਸ਼ਹਿਰ ਵੀ ਜਾ ਕੇ ਆਇਓ ਇੱਥੋਂ ਨੇੜੇ ਦੇ 'ਚ? ਅਸੀਂ ਉੱਧਰ ਗਏ ਸੀਗੇ ਮਾਊਂਟ ਗੈਂਬੀਆ ਅਤੇ ਪਨੌਲਾ, ਉੱਧਰ ਦੇਖਿਆ ਮੈਂ। ਅੱਛਾ, ਮਾਊਂਟ ਗੈਂਬੀਰ ਕਿਹਦੇ ਨਾਲ ਜਾਏ? ਇੱਕ ਇੱਥੋਂ ਦੀ ਟੀਚਰ ਸੀਗੀ, ਉਹ ਮੈਨੂੰ ਲਗਾਈ ਸੀਗੀ। ਅੱਛਾ, ਦਿਖਾਉਣ ਲੈ ਗਈ? ਬਹੁਤ ਵਧੀਆ ਸੀ ਉਹ। ਅੱਛਾ ਅੱਛਾ ਅੱਛਾ, ਉੱਥੇ ਬਲੂ ਲੇਕ ਦੇਖ ਕੇ? ਆ ਬਲੂ ਲੇਕ ਦੇਖਿਆ, ਆ ਉਹ ਵੱਡਾ ਸ਼ਹਿਰ ਆ ਸੋਹਣਾ, ਤੇ ਫਿਰ ਸੀ ਸਾਈਡ ਵੀ ਦੇਖਿਆ। ਅੱਛਾ ਅੱਛਾ ਅੱਛਾ, ਲਓ ਜੀ ਤੁਹਾਨੂੰ ਪਿੰਡ ਦੇ ਵਿੱਚ ਦੀ ਇੱਕ ਗੱਡੀ ਦੇ ਵੀ ਰੂਟ ਲਵਾ ਦਈਏ, ਤੇ ਆ ਦੇਖੋ ਜੀ ਹੁਣ ਇੱਧਰੋਂ ਆਪਾਂ ਬਾਜ਼ਾਰ ਜਿਹੜਾ ਦਿਖਾ ਰਹੇ ਸੀ, ਇਹ ਬਾਜ਼ਾਰ ਦਾ ਜਿਹੜਾ ਅੰਤ ਦੇ ਉੱਤੇ ਇੱਧਰਲੇ ਪਾਸੇ ਚੌਂਕ ਤੋਂ ਗਾਂਹ ਟੱਪ ਕੇ ਇੱਕ ਪੈਟਰੋਲ ਪੰਪ ਆ ਜੀ। ਉਹ ਪੈਟਰੋਲ ਪੰਪ, ਇੱਥੇ ਦੋ ਪੈਟਰੋਲ ਪੰਪ ਆ ਜੀ, ਇੱਕ ਇੱਕ ਅਫਗਾਨੀ ਫੈਮਿਲੀ ਚਲਾ ਰਹੀ ਆ ਜੀ, ਅਤੇ ਦੂਜਾ ਇੱਕ ਗੋਰਿਆਂ ਦੀ ਫੈਮਿਲੀ ਚਲਾ ਰਹੀ ਆ ਜੀ, ਉਹ ਹੈਗਾ ਬੀ ਪੀ ਦਾ, ਇੱਕ ਇੰਡੀਪੈਂਡੈਂਟ ਪੰਪ ਆ ਜੀ। ਸੋ ਆਹ ਦੇਖੋ ਬੋਰਡ ਲੱਗਿਆ ਜੀ ਹੈਰੋਂ ਦਾ, ਜਿਹੜੀ ਅਸੀਂ ਉਦੋਂ ਸੰਧੂ ਫੈਮਿਲੀ ਮਿਲਾਈ ਸੀ ਉਹ ਹੈਰੋਂ ਰਹਿੰਦੀ ਹੈ, ਇੱਧਰ ਰੋਡ ਜਾਂਦੀ ਉਹਨਾਂ ਦੇ ਪਿੰਡ ਨੂੰ। ਹੈਰੋਂ ਜਾਇਆ ਹੈਰੋਂ? ਅੱਛਾ, ਹੈਰੋਂ ਹੈਰੋਂ 'ਤੇ ਰਹਿੰਦੀ ਹੈ ਜੀ ਉਹ ਫੈਮਿਲੀ ਜਿਹੜੀ ਮੈਂ ਤੁਹਾਨੂੰ ਦੱਸਿਆ ਸੀਗਾ। ਇਹ ਹੈ ਜੀ ਅਫਗਾਨੀ ਦਾ ਪੰਪ ਸਾਡੇ ਦਾ, ਅਤੇ ਇਹਨੇ ਵੀ ਇੱਥੇ ਆ ਕੇ ਜੰਗਲ 'ਚ ਮੰਗਲ ਲਾਇਆ ਹੋਇਆ ਜੀ, ਅਤੇ ਆਪਾਂ ਪੰਪ ਦੇ ਉੱਤੋਂ ਦੀ ਲੰਘਦੇ ਹਾਂ। ਵੈਸੇ ਇਹਦੇ ਨਾਲ ਨਾਲ ਵਰਕਸ਼ਾਪ ਵੀ ਹੈ ਜੀ ਇਸ ਪੰਪ ਦੇ, ਅਤੇ ਚਲੋ ਜੀ ਉੱਧਰ ਪੈਟਰੋਲ ਬਦਲ ਕੇ ਕਰਕੇ ਦਿੰਦਾ। ਹਾਂਜੀ 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 ਹਾਂਜੀ, ਅਤੇ ਫਿਰ ਆਪਾਂ ਜੇ ਅੱਗੇ ਚੱਲਦੇ ਹਾਂ ਤਾਂ ਅੱਗੇ ਬੀ ਪੀ ਦਾ ਪੰਪ ਆ ਜੀ, ਉਹ ਮੈਲਬਨ
ਤੇ ਉਹ ਸਾਹਮਣਾ ਰਾਹ ਜਿਹੜਾ ਉਹ ਮੈਲਬਨ ਨੂੰ ਜਾਂਦਾ ਜੀ, ਸਿੱਧੇ ਕੱਢ ਲਓ ਬੇਟਾ ਸਿੱਧੇ ਕੱਢ ਨਹੀਂ ਆਈ ਠੀਕ ਆ ਇੱਥੋਂ ਕੱਢ ਲਾ ਹਾਂ ਹਾਂ ਸੋ ਲਓ ਜੀ ਇਹ ਰੋਡ ਆ ਜਿਹੜੀ ਸਿੱਧੀ ਇਹ ਮੈਲਬਨ ਨੂੰ ਚੱਲੀ ਆ ਅਤੇ ਇਸ ਰੋਡ ਦੇ ਉੱਤੇ ਤੁਹਾਨੂੰ ਦਿਖਾ ਦਿੰਦੇ ਹਾਂ ਜੀ ਪੰਪ ਅਗਲਾ ਜਿਹੜਾ ਪਿੰਡ ਦਾ ਲਾਸਟ ਪੰਪ ਆ ਜੀ ਇਹ ਹੈ ਜੀ ਮੇਰਾ ਪਹਿਲਾ ਅਟਰੈਕਸ਼ਨ ਇਸ ਪੰਪ ਨਾਲ ਹੋਇਆ ਸੀ ਜੀ ਮੈਨੂੰ ਰਾਤ ਨੂੰ ਤੇਲ ਮੁੱਕ ਗਿਆ ਅਤੇ ਮੈਂ ਇਸ ਪੰਪ 'ਤੇ ਰਾਤ ਨੂੰ 10 ਵਜੇ ਆ ਕੇ ਖੜਿਆ 2 ਸਾਲ ਪਹਿਲਾਂ ਇਹ ਖੁੱਲ੍ਹਾ ਸੀ ਉਦੋਂ ਨਾ ਬੰਦ ਸੀ ਅਤੇ ਮੈਂ ਜੋ ਕੌਲਾਂ ਕੁਲਾਂ ਕੀਤੀਆਂ ਤਾਂ ਇੱਥੇ ਲਿਖਿਆ ਪਿਆ ਵੀ ਐਮਰਜੈਂਸੀ 'ਚ ਤੁਹਾਨੂੰ$50 ਦਾ ਤੇਲ ਤੁਸੀਂ ਇੱਥੋਂ ਪਵਾ ਸਕਦੇ ਹੋ ਅਤੇ ਫਿਰ ਮੈਂ ਉਹ ਉੱਥੋਂ ਲਿਖੇ ਤੋਂ ਤੇਲ ਪਵਾਇਆ ਤਾਂ ਫਿਰ ਮੈਨੂੰ ਪਤਾ ਲੱਗਿਆ ਵੀ ਈਡਨ ਹੋਪ ਨਾਮ ਹੈ ਛੋਟਾ ਜਿਹਾ ਕਸਬਾ ਅਤੇ ਇੱਥੇ ਕਾਲਟੈਕਸ ਦਾ ਪੰਪ ਹੈ ਇੱਥੇ ਮਸ਼ੀਨ ਲੱਗੀ ਹੋਈ ਹੈ ਰਾਤ ਨੂੰ ਤੇਲ ਪਾਉਣ ਵਾਲੀ ਇਸੇ ਮੈਂ ਆਹ ਮਸ਼ੀਨ ਤੋਂ ਤੇਲ ਪਵਾਇਆ ਫਿਰ ਰਾਤ ਨੂੰ ਜੀ ਅਤੇ ਇਹਨਾਂ ਦੀ ਵੀ ਵਰਕਸ਼ਾਪ ਆ ਜਿਵੇਂ ਤੁਸੀਂ ਦੇਖੋ ਇੱਥੇ ਇਹ ਵੀ ਮੀਆਂ ਬੀਬੀ ਦੋਨੇ ਚਲਾਉਂਦੇ ਆ ਅਤੇ ਇੱਕ ਘਰ ਵਾਲਾ ਵਰਕਸ਼ਾਪ ਚਲਾਉਂਦਾ ਹਾਂ ਰੋਡ ਕੱਢ ਲਾ ਅਤੇ ਆਪ ਉਹ ਪੈਟਰੋਲ ਪੰਪ ਚਲਾਉਂਦੀ ਆ ਜੀ ਇੱਕ ਪਿੰਡ ਦੇ ਵਿੱਚ ਅਤੇ ਬਹੁਤ ਵਧੀਆ ਇਹਨਾਂ ਦਾ ਕੰਮ ਆ ਜੀ ਹੁਣ ਤੁਹਾਨੂੰ ਦਿਖਾਉਣੇ ਆ ਜੀ ਆਪਾਂ ਪਿੰਡ ਨੂੰ ਮੁੜਦੇ ਹਾਂ ਲੋ ਜੀ ਆਪਾਂ ਜਿੱਥੋਂ ਪਿਛਲਾ ਐਪੀਸੋਡ ਤੁਹਾਨੂੰ ਦਿਖਾਇਆ ਸੀ ਉਹਦੀਆਂ ਕੁਛ ਯਾਦਾਂ ਸਕੂਲ ਆ ਨਾਲ ਈਡਨ ਹੋਪ ਕਾਲਜ ਜਿਹਨੂੰ ਕਹਿੰਦੇ ਆ ਅਤੇ ਉਹ ਸਾਹਮਣੇ ਲੇਕ ਆ ਜੀ ਜਿਹੜੀ ਤੁਸੀਂ ਪਿਛਲੇ ਐਪੀਸੋਡ 'ਚ ਦੇਖ ਚੁੱਕੇ ਹੋ ਨਹੀਂ ਤਾਂ ਜਿਹਨੇ ਨਹੀਂ ਪਿਛਲਾ ਮਿਸ ਕਰਕੇ ਤਾਂ ਉਹ ਜ਼ਰੂਰ ਇਹ ਚੀਜ਼ਾਂ ਦੇਖ ਲਿਓ ਜੀ ਅਤੇ ਅਸੀਂ ਇੱਥੋਂ ਸਿੱਧੂ ਸਾਹਿਬ ਨਾਲ ਜਰਨੀ ਸ਼ੁਰੂ ਕੀਤੀ ਸੀ ਅੱਜ ਸਾਨੂੰ ਇੱਥੇ ਪਾਰਕ 'ਚ ਘੁੰਮਦੇ ਮਿਲੇ ਸੀ ਇੱਥੋਂ ਅਤੇ ਅੱਗੇ ਤੁਹਾਨੂੰ ਅਸੀਂ ਸਾਰਾ ਜਿਹੜਾ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਹਸਪੀਟਲ ਚੰਗੇ ਆ ਮੈਂ ਗਿਆ ਵਿੱਚ ਦੋ ਵਾਰੀ ਹਾਂਜੀ ਹਾਂਜੀ ਬੰਦੇ ਤਾਂ ਤੁਹਾਨੂੰ ਦੱਸਿਆ ਸਾਰੇ ਬੜੇ ਚੰਗੇ ਆ ਆਹ ਘਰ ਦੇ ਵਿੱਚ ਨਾ ਇੱਕ ਪੁਰਾਣਾ ਗੋਲਡ ਕੋਸਟ ਦਾ MP ਰਹਿੰਦਾ ਜੀ ਗੋਲਡ ਕੋਸਟ MP ਹੁੰਦਾ ਸੀ ਇਹ ਬੰਦਾ ਅਤੇ ਅੱਜ ਕੱਲ੍ਹ ਇੱਥੇ ਰਹਿ ਰਿਹਾ ਅਤੇ ਇਹ ਦੇਖੋ ਜੀ ਸਾਹਮਣੇ ਸਿੱਧੀ ਜਿਹੜੀ ਮੋਟਲ ਦੇ ਵਿੱਚ ਜਾ ਕੇ ਸੜਕ ਵੜ ਜਾਂਦੀ ਆ ਅਤੇ ਜੇ ਤੁਸੀਂ ਅੱਗੇ ਨਿਕਲ ਜਾਓਗੇ ਤਾਂ ਅੱਗੇ ਐਡਲੇਡ ਨੂੰ ਅਤੇ ਆਪਾਂ ਆ ਲਓ ਜੀ ਇਹ ਸਾਡਾ ਮੋਟਲ ਹੈ ਜੀ ਜਿਹੜਾ ਤੁਹਾਨੂੰ ਅਸੀਂ ਦੱਸਿਆ ਸੀ ਜਿਹਦੇ ਕਰਕੇ ਅਸੀਂ ਇਸ ਪਿੰਡ 'ਚ ਆਏ ਹਾਂ ਸੜਕ ਆ ਸਿੱਧੀ ਇਹ ਐਡਲੇਡ ਨੂੰ ਜਾ ਰਹੀ ਹੈ ਜੀ ਸੋ ਇਹ ਐਡਲੇਡ ਨੂੰ ਸਿੱਧਾ ਜਾ ਕੇ ਤੁਸੀਂ ਸਾਊਥ ਆਸਟ੍ਰੇਲੀਆ ਚ ਇੱਥੋਂ 30 ਕਿਲੋਮੀਟਰ ਸਾਊਥ ਆਸਟ੍ਰੇਲੀਆ ਰਹਿ ਗਿਆ ਸਾਰਾ ਲਓ ਜੀ ਤੁਹਾਨੂੰ ਇੱਥੇ ਜੌਨ ਨੂੰ ਮਿਲਾਉਣੇ ਆ ਮਿਸਟਰ ਜੌਨ ਆ ਜੀ ਸਪੈਨਿਸ਼ ਆ
ਤੇ ਘੋੜੇ ਰੱਖਦਾ, ਘੋੜਿਆਂ ਦਾ ਸ਼ੌਕੀਨ ਆ, ਉਹਦਾ ਫਾਰਮ ਹੈ ਇੱਥੇ, ਜੌਕੀ ਆ, ਤੇ ਜੇ ਦੇਖਦੇ ਹਾਂ ਘਰੇ ਹੋਇਆ ਤਾਂ ਆਪਾਂ ਉਹਦੇ ਨਾਲ ਵੀ ਮੁਲਾਕਾਤ ਕਰਦੇ ਹਾਂ ਥੋੜ੍ਹੀ ਜਿਹੀ। ਮਿਸਟਰ ਜੌਨ ਆ, ਉਹਦੀ ਜ਼ਮੀਨ ਆ ਇੱਥੇ 10-12 ਕੁ ਕਿੱਲੇ, ਅਤੇ ਖਾਸੀਆਂ ਭਾਸ਼ਾਵਾਂ ਜਾਣਦਾ, ਅਤੇ ਮਸਤ ਰਾਮ ਆ, ਮਸਤ ਲਾਈਫ ਜਿਉਂ ਰਿਹਾ, ਅਤੇ ਚਲੋ ਆਪਾਂ ਮਿਲਾਉਂਦੇ ਹਾਂ ਤੁਹਾਨੂੰ ਜੌਨ ਨੂੰ। ਲਓ ਜੀ, ਇੱਥੇ ਖੜਾਓ ਗੱਡੀ, ਤੁਹਾਨੂੰ ਹੁਣ ਲਾਈਫ ਸਟਾਈਲ ਦਿਖਾਉਣੇ ਆ ਇੱਕ ਟਿਪੀਕਲ ਗੋਰੇ ਦਾ, ਅਤੇ ਕਿਵੇਂ ਉਹ ਰਹਿ ਰਿਹਾ ਜ਼ਿੰਦਗੀ 'ਚ, ਅਤੇ ਕੀ ਕਰ ਰਿਹਾ, ਅਤੇ ਉਹ ਤੁਹਾਨੂੰ ਹੁਣੇ ਦਿਖਾਉਣੇ ਆ ਅਸੀਂ, ਤੁਹਾਨੂੰ ਸਾਰਾ ਕੁਛ ਉਹਨੂੰ ਮਿਲਦੇ ਹਾਂ। ਕਾਮ ਆ ਉਹ ਕੀ ਹਾਲ ਆ, ਕੀ ਹਾਲ ਆ, ਚੜ੍ਹਦੀ ਕਲਾ ਨਾ ਕਿੱਸੇ ਆਉਣ ਕੈਮਰਾ, ਕੀ ਹਾਲ ਆ, ਚੜ੍ਹਦੀ ਕਲਾ, ਚੜ੍ਹਦੀ ਕਲਾ, ਹੀ ਇਜ਼ ਮਿਸਟਰ ਜੌਨ। ਸੋ ਮਿਸਟਰ ਜੌਨ, ਯੂ ਵਿਲ ਬੀ ਫੇਮਸ ਆਫਟਰ ਦੈਟ, ਯੂ ਆਰ ਔਨ ਕੈਮਰਾ ਨਾਓ। ਹੈ ਯੂ, ਯਾ ਯੂ ਵਿਲ ਬੀ, ਯਾ ਆਈ ਵਿਲ ਪੇ ਯੂ, ਯੂ ਆਰ ਐਵਰੀ ਟਾਈਮ ਯੂ ਆਰ ਡੂਇੰਗ ਸਮਥਿੰਗ, ਮਾਈਕਿੰਗ ਆ ਕਾਲ ਆ ਫੋਰ ਸਟੋਪ ਦ ਵਿੰਡ ਫਰੋਮ। ਜੌਨ ਸਪੈਨਿਸ਼ ਹੈ ਜੀ, ਤੇ ਹਾਊ ਲੌਂਗ ਯੂ ਆਰ ਲਿਵਿੰਗ ਇਨ ਦਿਸ ਟਾਊਨ? 25 ਇਅਰਸ, ਜਸਟ 25 ਇਅਰਸ? ਯੈਸ। ਆ ਆਈ ਲਿਵ ਇਨ ਆਸਟ੍ਰੇਲੀਆ 55 ਇਅਰਸ। ਓ, ਇਨ ਆਸਟ੍ਰੇਲੀਆ। ਸੋ 55 ਸਾਲ ਤੋਂ ਆਸਟ੍ਰੇਲੀਆ ਦੇ ਵਿੱਚ ਆ, 25 ਸਾਲ ਤੋਂ ਈਡਨ ਹੋਪ ਚ। ਹਾਊ ਬਿਗ ਦਿਸ ਫਾਰਮ ਇਜ਼? ਓਨਲੀ 10 ਏਕਰਸ। 10 ਏਕਰਸ, ਓਕੇ। ਸੋ ਯੂ, ਹਾਊ ਮਨੀ ਹਾਰਸਸ ਯੂ ਹੈਵ ਨਾਓ? 7-8 7 ਔਰ 8? ਆ, ਸੋ ਐਨੀ ਬਾਈਬੀਸ ਇਨ ਦੇਅਰ? ਇਜ਼ ਅ ਕਪਲ ਆਫ ਮੇਸ ਵਿਦ ਬਾਈਬੀ। ਆ, so we will check on the camera. Oh, and sell this place, we will sell people will, yeah, watching, because he came from England after watch my show. Yeah, PA came my vegetable farm. Uh-huh. Because you got the water board here. Yeah, it's at 8000 liters now. Yeah, no, dekh lo ji, ek na main apda farm bechna, 10 kilo ya sabziyan becha bijya karo, pani ide ch vadhu aa, so apa eh vi gal baat karange. So John, how many races you been in the young time, because yesterday you were showing lots of horses, plenty races. Yeah, plenty. So ek ghodyan da jockey hai ji, chases and heralds in the flat. Oh, all right, 3 winners and 2 stages the same day. Same day 3 winners and 2 stages in 2 states. Yeah. Stages or states? Mangambia and Colorine. Oh, so how you manage in one day? Get in the car, fly up there with this trolley. No. Those are the people. I was jockey before. Oh, anyway. Just jockey. You are just jockey. Okay. So, chalo ji, sunu dikhaune aaj John. Hello. Hello. Ui. Come on. Number 16. Anda. Hello. 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 Hey. Good boy. He been any race or won any time or no? He hasn't raced yet. Okay. He's 3 years old. Just 3 years old. Yeah. Okay. So, just one today? There was another one in the last one. Yeah, we will. That's Gregorio. Okay. He won 5. Uh-huh. He ran 3 races and 21 days. 3 races. He won. This one. So, ਕਹਿੰਦੇ ਜੀ ਆ ਜਿਹੜਾ ਅਗਲੀ ਦਿਖਾ ਰਹੇ ਆ ਤੁਹਾਨੂੰ, ਇਹ ਕਹਿੰਦੇ 3 ਰੇਸਾਂ 21 ਦਿਨਾਂ 'ਚ ਜਿੱਤਿਆ ਜੀ। He won the here. Huh? He
Tijuana de Gabia, Tijuana de Long. Hello. Hello. Come on, good boy. Come on, Pepe. But the name of this. Come, Pepe. Under the chin. Kind of. Good boy. Steady, steady. Good boy. Good. Hello. So when he won that race last month? No. 6 months ago. 6 months ago. Yeah. And now he is going on competition or no? Not yet, good boy. Ah, good boy. Not yet. Another 5 months. Yeah. Yeah, ਜੀ ਜੌਨ ਦੀ ਪੁਰਾਣੀ ਗੱਡੀ ਇੱਥੇ ਕੋਈ ਵੀ ਚੀਜ਼ ਆ ਸਿੱਟਦੇ ਨਹੀਂ ਜੀ ਖੁੱਲ੍ਹਾ ਥਾਂ ਅਤੇ ਬਸ ਐਂ ਰੱਖੀ ਜਾਂਦੇ ਆ ਕਵਾੜ ਚਾਰ ਸਪੇਰੇ ਭਰੀ ਜਾਂਦੇ ਆ ਘਰ ਨੂੰ ਅਤੇ ਆਹ ਦੇਖੋ ਜੀ ਜੌਨ ਨੇ ਸਾਹਮਣੇ ਜੈਕੁਆਰ ਦੀ ਗੱਡੀ ਆ ਅਤੇ ਉਹਦੇ ਮਗਰ ਕੀ ਜੋੜ ਰੱਖਿਆ ਤਵੀਆਂ ਦੇਖੋ ਉਹ ਘੋੜਿਆਂ ਦੇ ਜਿਹੜੀ ਟ੍ਰੇਨਿੰਗ ਲਈ ਇਹਨੇ ਪਾਈ ਹੋਈ ਆ ਰਾਖ ਜੀ ਇੱਥੇ ਭਜਾਉਂਦਾ ਅਤੇ ਅੱਗੇ ਹੋਰ ਰਵਿਸ਼ ਦੇ ਬਿੰਨ ਜਿੱਥੋਂ ਤੱਕ ਦੀਂਦਾ ਜੌਨ ਦਾ ਫਾਰਮ ਅਤੇ ਇੱਥੇ ਘੋੜਿਆਂ ਨੂੰ ਜਿਹੜੀ ਇਹ ਟ੍ਰੇਨਿੰਗ ਦਿੰਦਾ ਅਤੇ ਇੱਕ ਘੋੜਿਆਂ ਦਾ ਜੌਕੀ ਆ ਬਹੁਤ ਸਾਰੀਆਂ ਭਾਸ਼ਾਵਾਂ ਬੋਲ ਰਹਿੰਦਾ ਅਤੇ ਮਸਤ ਮਲੰਗ ਮੌਲਾ ਬੰਦਾ ਅਤੇ ਉਹ ਜੇ ਨਾਲ ਸਿੱਧੂ ਸਾਹਿਬ ਪਹੁੰਚੇ ਹੋਏ ਅੱਜ ਕੱਲ੍ਹ ਅਤੇ So still it is working? He's gonna sell it for $500. $500 for this? You see, he's asking $5 for the $500 for this one. Hey, you bloody gypsy. Hey, you gypsy. Yeah. So, lo ji, ਇਹ ਹੈ ਜੀ ਜੌਨ ਦਾ ਘਰ ਅਤੇ ਇਹ ਜੌਨ ਦੀ ਗੱਡੀ ਆ ਇਹ ਜੌਨ ਦਾ ਲੇਡੀ ਸਾਈਕਲ ਬਿੱਲੀ ਗਿੱਲੀ ਬਾਬਾ ਚੜ੍ਹਦੀ ਕਲਾ ਇਹਨੂੰ ਇਹ ਪੰਜਾਬੀ ਸਿੱਖ ਰਿਹਾ ਜੀ ਮੇਰੇ ਤੋਂ ਅੱਜ ਕੱਲ੍ਹ ਜਿੱਦਾਂ ਤੁਹਾਨੂੰ ਦੱਸਿਆ ਵੀ ਇਹ ਇੱਕ ਪੁਰਾਣੀ ਚਰਚ ਅਤੇ ਇਹ ਨਵੀਂ ਚਰਚ ਆ ਜੀ ਭਾਵੇਂ ਇਹ ਵੀ ਸੁਣੀ ਆ ਪਰ ਬਹੁਤ ਸੋਹਣੀ ਬਿਲਡਿੰਗ ਜਿਹੜੀ ਚਰਚ ਦੀ ਬਣੀ ਹੋਈ ਆ ਅਤੇ ਹਿਸਟਰੀ ਕਾਫੀ ਪੁਰਾਣੀ ਆ ਚਰਚ ਦੀ ਇਸ ਦੀ ਵੀ ਬਹੁਤ ਹੀ ਸੋਹਣਾ ਰੱਖ ਰਖਾਵ ਪਰ ਕਮੀ ਇਹ ਆ ਵੀ ਉਹ ਰੌਣਕਾਂ ਇੱਥੇ ਦੇਖਣ ਨੂੰ ਨਹੀਂ ਮਿਲਦੀਆਂ ਜਿਹੜੀਆਂ ਰੌਣਕਾਂ ਸਾਨੂੰ ਗੁਰੂ ਘਰਾਂ ਦੇ ਵਿੱਚ ਮਿਲਦੀਆਂ ਸਾਡੇ ਵੀਕਐਂਡ 'ਤੇ ਪਰ ਇੱਥੇ ਉਨੀ ਰੌਣਕ ਨਹੀਂ ਹੁੰਦੀ ਹਾਂ ਮਹੀਨੇ ਦੇ ਵਿੱਚ ਇੱਕ ਦਿਨ ਹੁੰਦੀ ਆ ਪਰ ਫਿਰ ਵੀ ਬਹੁਤ ਸੋਹਣੀ ਚਰਚ ਬਣੀ ਹੋਈ ਇਹ ਜੀ ਪ੍ਰਾਈਵੇਟ ਮਿਊਜ਼ੀਅਮ ਆ ਜੀ ਇਹਨੂੰ ਡਾਇਨਾ ਚਲਾਉਂਦੇ ਆ ਜਿਹੜੀ ਕਿ ਪਾਰਟ ਆਫ ਜਰਨਲਿਸਟ ਵੀ ਆ ਪਰ ਇਹਨਾਂ ਨਾਲ ਵੀ ਆਪਾਂ ਕਿਤੇ ਐਪੀਸੋਡ ਬਣਾਵਾਂਗੇ ਬਹੁਤ ਵਧੀਆ ਇਹਨਾਂ ਨੇ ਸੈਟਅਪ ਕੀਤਾ ਹੋਇਆ ਇੱਥੇ ਆਉਣ ਵਾਲੇ ਦਿਨਾਂ 'ਚ ਜ਼ਰੂਰ ਇਹਨਾਂ ਨਾਲ ਵੀ ਦਿਖਾਵਾਂਗੇ ਲਓ ਜੀ ਇੱਕ ਚਰਚ ਇਹ ਵੀ ਹੈ ਜੀ ਲੂਥਰਨ ਚਰਚ 9 ਵਜੇ ਕਹਿੰਦੇ ਇੱਥੇ ਸਾਰਾ ਹੁੰਦਾ ਜਿਹੜੀ ਪਰ ਸਭ ਤੋਂ ਮੈਨੂੰ ਲੱਗਦਾ ਪੁਰਾਣੀ ਹੈ ਜੀ ਜਿਵੇਂ ਕਿ ਤੁਹਾਨੂੰ ਲਾਸਟ ਐਪੀਸੋਡ 'ਚ ਦੱਸਿਆ ਸੀ ਵੀ ਇੱਥੇ ਫਿਸ਼ ਕੰਪੀਟੀਸ਼ਨ ਹੁੰਦਾ ਮੱਛੀ ਫੜਨ ਦਾ ਕੰਪੀਟੀਸ਼ਨ ਲੇਕ ਦੇ ਵਿੱਚ ਈਡਨ ਹੋਪ ਦੀ ਜਿਹੜਾ ਕਿ ਕਾਫੀ ਫੇਮਸ ਆ ਸਤੰਬਰ ਅਕਤੂਬਰ 'ਚ ਹੁੰਦਾ
ਤੇ ਉਸੇ ਦੀ ਇੱਕ ਜਿਹੜੀ ਯਾਦਗਾਰ ਹੈ ਇੱਕ ਪਾਰਕ ਦੇ ਵਿੱਚ ਬਹੁਤ ਵੱਡੀ ਮੱਛੀ, ਇਹਨੂੰ ਬਿੱਗ ਮੱਛੀ ਕਹਿ ਸਕਦੇ ਹਾਂ ਆਪਾਂ, ਕਿਉਂਕਿ ਇਹ ਇੱਕ ਆਸਟ੍ਰੇਲੀਆ ਦਾ ਕਲਚਰ ਆ ਬਿੱਗ ਬਣਾਉਣਾ, ਬਿੱਗ ਔਰੇਂਜ, ਇੱਦਾਂ ਕਰਕੇ ਇਹ ਮੱਛੀ ਇੱਥੇ ਲੱਗੀ ਹੋਈ ਹੈ ਜੀ ਪਾਰਕ ਦੇ ਵਿੱਚ। ਅਤੇ ਮੈਂ ਤੁਹਾਨੂੰ ਪਾਰਕ ਵੀ ਦਿਖਾਉਣਾ, ਛੋਟਾ ਜਿਹਾ ਬਣਿਆ ਹੋਇਆ ਬੱਚਿਆਂ ਲਈ, ਸੜਕ ਦੇ ਕੰਢੇ ਜਾਂਦਿਆਂ ਨੂੰ। ਉਹ ਸਾਹਮਣੇ ਕੋਕੂਟੂ ਫਿਰਦੇ ਆ ਜੀ, ਤੋਤੇ ਜਿਹੜੇ ਇੱਥੋਂ ਦੇ, ਇਹ ਵੈਸੇ ਮੇਰੇ ਤਾਂ ਦੁਸ਼ਮਣ ਆ, ਤੁਹਾਨੂੰ ਜਿਨ੍ਹਾਂ ਨੇ ਮੇਰੇ ਐਪੀਸੋਡ ਦੇਖਿਆ ਉਹਨਾਂ ਨੂੰ ਪਤਾ ਹੈ ਮੇਰੇ ਸੰਤਰੇ ਖਾ ਜਾਂਦੇ ਆ ਸਾਰੇ, ਪਰ ਫਿਰ ਵੀ ਕੋਈ ਨਹੀਂ, ਰੱਬ ਤਾਂ ਦੇਖਦਾ ਨਾ, ਮੈਂ ਕਹਿ ਕੇ ਛੱਡ ਦਿੰਦਾ ਗੱਲ, ਇਹਨਾਂ ਨੂੰ ਕਹਿੰਦਾ ਕੁਛ ਨਹੀਂ। ਅਤੇ ਆਹ ਦੇਖੋ ਜੀ, ਇਹ ਬੱਚਿਆਂ ਦੇ ਲਈ ਖੇਡਣ ਲਈ ਨਿੱਕੀਆਂ ਨਿੱਕੀਆਂ ਸਾਰੀਆਂ ਚੀਜ਼ਾਂ ਬਣੀਆਂ ਹੋਈਆਂ ਇੱਥੇ, ਅਤੇ ਬਹੁਤ ਸੋਹਣਾ ਜਿਹੜਾ ਸੇਫ ਵੀ ਇਹਨੂੰ ਇੰਨਾ ਕੀਤਾ ਹੋਇਆ ਵੀ ਬਚਾਲ ਦੀ ਇੱਕ ਛੋਟੀ ਜਿਹੀ ਕ੍ਰੀਕ ਆ ਉਹ ਵਗਣ ਕਰਕੇ, ਅਤੇ ਉਹਦੇ ਉੱਤੇ ਉਹਨਾਂ ਨੇ ਪੂਰੀ ਵਧੀਆ ਬਾੜ ਕੀਤੀ ਹੋਈ ਆ। ਅਤੇ ਬਹੁਤ ਸੋਹਣਾ ਜਾਣੀ ਕਿ ਇੱਥੇ ਬੱਚਿਆਂ ਦੇ ਸਾਈਕਲਿੰਗ ਲਈ ਵੀ ਟਰੈਕ ਬਣਾਏ ਹੋਏ ਆ, ਉਹ ਵੀ ਦਿਖਾਉਣਾ ਤੁਹਾਨੂੰ। ਫਿਰ ਇੱਥੇ ਪਬਲਿਕ ਟੋਇਲਟਸ ਉੱਧਰ ਆ ਉਹਨਾਂ ਨੇ ਦੱਸਿਆ, ਅਤੇ ਇਹ ਇੱਕ ਬਾਰਬੀਕਿਊ ਏਰੀਆ ਇੱਥੇ ਵੀ ਬਣਿਆ ਹੋਇਆ, ਅਤੇ ਤੁਸੀਂ ਆ ਕੇ ਆਪਦਾ ਖਾਣਾ ਲਿਆ ਕੇ ਖਾਣਾ ਚਾਹੁੰਦੇ ਹੋ, ਸਾਰਾ ਕੁਛ ਇੰਤਜ਼ਾਮ ਇੱਥੇ ਹੈਗਾ ਗਰਮ ਕਰਨ ਲਈ, ਠੰਡਾ ਕਰਨ ਲਈ। ਅਤੇ ਤੁਹਾਨੂੰ ਸਾਈਕਲ ਦੇ ਟਰੈਕ ਵੀ ਮੈਂ ਦਿਖਾ ਦਿੰਦਾ ਜੀ ਬੱਚਿਆਂ ਦੇ, ਬੜਾ ਪਿਆਰਾ ਇੱਕ ਛੋਟਾ ਜਿਹਾ ਪੁੱਲ ਬਣਿਆ। ਲਓ ਜੀ, ਹੁਣ ਇਹ ਆਪਣੇ ਮੇਰੇ ਦੁਸ਼ਮਣ ਉੱਡਣਗੇ ਭੱਜਣਗੇ ਹੁਣ ਦੇਖ ਕੇ ਵੀ ਸਾਨੂੰ ਕੈਮਰਾ, ਮੈਂ ਤੁਹਾਨੂੰ ਮਾਰਦਾ ਨਹੀਂ ਯਾਰ, ਤੁਸੀਂ ਮੇਰਾ ਜਿੰਨਾ ਮਰਜ਼ੀ ਨੁਕਸਾਨ ਕਰ ਦਿਓ, ਮੈਂ ਤੁਹਾਨੂੰ ਕੁਛ ਨਹੀਂ ਆਉਂਦਾ, ਮੈਂ ਤੁਹਾਨੂੰ ਕੁਦਰਤ ਦੇ ਜੀ ਕਹਿ ਕੇ ਮਾਫ਼ ਕਰ ਦਿੰਦਾ। ਦੇਖੋ ਜੀ, ਭੱਜ ਗਏ ਨਾ ਡਰਦੇ, ਇਹ ਤਾਂ ਹੀ ਇਹਨਾਂ ਨੂੰ ਐਂ ਲੱਗਦਾ ਵੀ ਮੈਂ ਇਹਨਾਂ ਦੇ ਕੁਛ ਮਾਰਦਾ ਅਤੇ ਮੇਰੇ ਸੰਤਰੇ ਖਾ ਜਾਂਦੇ ਆ ਸਾਰੇ। ਕੋਈ ਨਹੀਂ, ਖਾ ਲਓ ਸ਼ੇਰੋ ਜਿੰਨੇ ਖਾਧੇ ਜਾਂਦੇ ਹਲ। ਹਾਂ ਦੇ ਮੈਨੂੰ ਡਰਾਉਂਦੇ ਆ ਵੀ ਨਾ ਵੀ, ਇਹ ਬੱਚਿਆਂ ਦੇ ਲਈ ਟਰੈਕ ਬਣਿਆ ਜੀ, ਸਾਹਮਣੇ ਪੁਲਿਸ ਸਟੇਸ਼ਨ ਆ ਛੋਟਾ ਜਿਹਾ, ਇੱਕੋ ਹੀ ਇੱਥੇ ਠੰਡਦਾਰ ਆ, ਉਹੀ ਸਿਪਾਹੀ ਆ, ਉਹੀ ਹੌਲਦਾਰ ਆ, ਅਤੇ ਇੱਥੇ ਟਰੈਕ ਦੇ ਉੱਤੇ ਬੱਚੇ ਅਕਸਰ ਸ਼ਾਮ ਨੂੰ ਉੱਠ ਖੇਲੀਆਂ ਕਰਦੇ, ਤੁਹਾਨੂੰ ਇੱਥੇ ਮਿਲ ਜਾਣਗੇ ਜੀ। ਇੱਕ ਜਿਹੜੀ ਚੀਜ਼ਾਂ ਪਹੁੰਚਿਆ ਜੀ, ਇੱਥੇ ਇਨਫੋਰਮੇਸ਼ਨ ਸੈਂਟਰ ਆ ਜੀ, ਅਤੇ ਇਹਦੇ ਵਿੱਚ ਪੁਰਾਣੀਆਂ ਚੀਜ਼ਾਂ ਜਿਹੜੀਆਂ ਸਾਂਭੀਆਂ ਹੋਈਆਂ, ਅਤੇ ਨਾਲ ਨਾਲ ਇੱਥੇ ਆਇਆਂ ਨੂੰ ਦੱਸਦੇ ਵੀ ਆ ਕੀ ਕੁਛ ਆ। ਆਹ ਦੇਖੋ ਜੀ, ਉੱਧਰ ਇੱਕ ਤੋਪ ਵੀ ਪਈ ਆ ਖੂੰਜੇ 'ਚ ਪੁਰਾਣੀ। ਇੱਕ ਜਿਹੜੀ ਪੋਸਟ ਬਣਾਈ ਹੋਈ ਹੈ ਜੀ, ਜਿਹਨੂੰ ਕਹਿ ਸਕਦੇ ਹਾਂ, ਜਿਹੜੀ ਕਿ ਦਿਖਾਉਂਦੀ ਆ ਭਾਈ ਕਿਹੜੀ ਚੀਜ਼ ਕਿੱਧਰ ਨੂੰ ਆ, ਕਿਹੜੀ ਚੀਜ਼ ਕਿੱਧਰ ਨੂੰ ਆ, ਇੱਕ ਖੰਭੇ ਦੇ ਉੱਤੇ। ਇਹ 1868 ਦਾ ਕ੍ਰਿਕਟ ਟੀਮ ਦੀ ਯਾਦਗਾਰ ਦੇ ਵਿੱਚ ਜਿਹੜਾ ਲਾਇਆ ਹੋਇਆ ਜਿਹੜਾ ਇੱਕ ਸਟੈਚੂ ਆ ਜੀ, ਅਤੇ ਵਲੰਟੀਅਰ ਕੰਮ ਕਰ ਰਹੇ ਆ ਜੀ। ਹੈਲੋ, ਹਾਅ ਯੂ ਨਾ ਵਿਜ਼ਿਟਰ ਇਨਫੋਰਮੇਸ਼ਨ 1878, ਵਾ ਲੋਂਗ ਵੇ ਟੂ ਗੋ, ਸੋ ਯੂ ਆਰ ਡੂਇੰਗ ਵਲੰਟੀਅਰ ਜੋਬ ਹੇਅਰ? ਯਾ, ਦੈਟਸ ਗੁੱਡ, ਦੈਟਸ ਗੁੱਡ। ਸੋ ਇਹ ਆ ਜੀ ਇਨਫੋਰਮੇਸ਼ਨ ਸੈਂਟਰ, ਅਤੇ ਇਹ ਆ ਜੀ ਮੁਲਾਜ਼ਮ ਇੱਥੋਂ ਦੇ, ਦੇਖ ਲਓ ਹੁਣ, ਕਹਿੰਦੀ ਵੀ ਮੈਂ ਅੰਦਰ ਬੈਠ ਕੇ ਇਨਫੋਰਮੇਸ਼ਨ ਸੈਂਟਰ ਦੇ ਉੱਤੇ, ਅਤੇ ਉਦੋਂ ਬਿਹਤਰ ਆ ਕਿਉਂ ਨਾ ਮੈਂ ਘਾਹ ਹੀ ਕੱਢ ਲਾਂ। ਇਹ ਹੁੰਦੀ ਹੈ ਸਪੇਟ, ਦੇਖੋ ਜੀ 1961 ਤੋਂ 97 ਤੱਕ ਦਾ ਜਿਹੜਾ ਟ੍ਰਿਬਿਊਟ ਟੂ ਡਾਇਨਾ ਪ੍ਰਿੰਸੈਸ ਆਫ ਵੇਲਸ। ਲਓ ਜੀ, ਆਹ ਬੂਟਾ ਡਾਇਨਾ ਦੀ ਯਾਦ ਦੇ ਵਿੱਚ ਉਹਨਾਂ ਨੇ ਲਾਇਆ,
1961 ਤੋਂ 97 ਚ। ਇਹ ਹੈ ਜੀ ਪੁਰਾਣਾ ਜ਼ਿਮੀਂਦਾਰੇ ਦੀ ਸਿੰਬਲ ਹਲ। ਦਿਸ ਇਜ਼ ਫੋਰ ਨਾ। ਇਹ ਹੈ ਜੀ ਇਨਫੋਰਮੇਸ਼ਨ ਸੈਂਟਰ ਦੇ ਅੰਦਰ ਦਾ ਸੀਨ, ਅਤੇ ਇਹਨਾਂ ਨੇ ਆਪਣੀਆਂ ਸਾਰੀਆਂ ਚੀਜ਼ਾਂ ਸਾਂਭੀਆਂ ਹੋਈਆਂ। ਦੱਸੋ ਆਹ ਦੱਸਿਆ ਇਹਨਾਂ ਨੇ ਵੀ ਜੋ ਲੇਕ ਡਰਾਈ ਹੋ ਗਈ ਸੀ, ਸਾਰਾ ਪਿੰਡ ਇਕੱਠਾ ਹੋ ਕੇ ਆਇਆ 2003 ਚ, ਅਤੇ ਉਹਨਾਂ ਨੇ ਇਸ ਦੇ ਇਹਦੀ ਲੇਕ ਦੀ ਫੋਟੋ ਖਿੱਚੀ ਵਿੱਚ ਬੈਠ ਕੇ ਸਾਰੇ ਪਿੰਡ ਨੇ, ਅਤੇ ਇਹ ਯਾਦਗਾਰ ਬਣਾਈ, ਇਹ ਲੇਕ ਦੀ ਡਰਾਈ ਦੀ ਫੋਟੋ ਖਿੱਚੀ, ਅਤੇ ਪੁਰਾਣੇ ਜਿਹੜੀਆਂ ਇਤਿਹਾਸਿਕ ਚੀਜ਼ਾਂ ਇਹ ਸਾਰੀਆਂ ਇਹਨਾਂ ਨੇ ਈਵਨ ਲੱਕੜ ਦੇ ਪੀਸ ਤੱਕ ਸਾਂਭ ਕੇ ਰੱਖੇ ਹੋਏ ਆ ਯਾਰ। ਅਤੇ ਇਹ ਇਨਫੋਰਮੇਸ਼ਨ ਸੈਂਟਰ ਜਿਹੜਾ ਪਿੰਡ ਦੇ ਵਿੱਚ ਚੱਲਦਾ, ਵੀ ਜੇ ਕੋਈ ਵੀ ਨਵਾਂ ਬੰਦਾ ਆਉਂਦਾ ਤਾਂ ਉਹਨੂੰ ਦੱਸਦੇ ਆ ਵੀ ਕਿਹੜੀ ਚੀਜ਼ ਕਿੱਥੇ ਆ ਦੇਖਣ ਵਾਲੀ, ਕਿਵੇਂ ਤੂੰ ਰਹਿਣਾ, ਕਿਵੇਂ ਬੱਸ ਚੜ੍ਹਨੀ ਹੈ, ਕਿੱਧਰ ਟਰਾਂਸਪੋਰਟ ਜਾਂਦੀ ਹੈ, ਕਿੰਨੀ ਦੂਰ ਕਿਹੜੀ ਚੀਜ਼ ਆ। ਆਹ ਸਾਰੇ ਬਰੋਸ਼ਰ ਇੱਥੇ ਲੱਗੇ ਹੋਏ ਆ ਜੀ, ਇਹ ਸਾਰੇ ਬਰੋਸ਼ਰਸ ਜਿਹੜੇ ਦਿੱਤੇ ਜਾਂਦੇ ਆ। ਸੋ ਲਓ ਜੀ ਦੋਸਤੋ, ਇਹ ਹੈ ਜੀ ਈਡਨ ਹੋਪ ਕਮਿਊਨਿਟੀ ਗਾਰਡਨ, ਜਿੱਦਾਂ ਤੁਹਾਨੂੰ ਬੋਰਡ ਹੀ ਦੱਸੀ ਜਾਂਦਾ, ਵੈਜੀਟੇਬਲਸ ਦਿਖਾ ਰੱਖੀਆਂ, ਫਰੂਟ ਦਿਖਾ ਰੱਖਿਆ, ਉਹਨਾਂ ਨੇ ਲਿਖਿਆ ਆਲ ਵੈਲਕਮ ਏ ਪਲੇਸ ਟੂ ਕਮ ਟੂਗੈਦਰ। ਅਤੇ ਇਹਦੇ ਵਿੱਚ ਨਾ ਕੀ ਕਰਦੇ ਆ, ਜਿੰਨੇ ਵੀ ਲੋਕ ਵਿਹਲੇ ਆ ਅਤੇ ਉਹਨਾਂ ਲਈ ਇਹਨਾਂ ਨੇ ਬਣਾਇਆ ਹੋਇਆ ਕਮਿਊਨਿਟੀ ਗਾਰਡਨ, ਜਗ੍ਹਾ ਦਿੱਤੀ ਹੋਈ ਆ, ਸਾਧਨ ਦਿੱਤੇ ਹੋਏ ਆ, ਪਾਣੀ ਦਿੱਤਾ ਹੋਇਆ, ਅਤੇ ਉਹਨੂੰ ਕਹਿੰਦੇ ਵੀ ਆਓ ਇਹਨੂੰ ਕਮਿਊਨਿਟੀ ਦੇ ਲਈ ਇਹਨੂੰ ਵਧੀਆ ਸਾਫ਼ ਸੁਥਰਾ ਬਣਾ ਕੇ, ਅਤੇ ਆਪਾਂ ਇਹਨੂੰ ਇਹਦੇ 'ਚ ਆਪਾਂ ਸਬਜ਼ੀਆਂ ਉਗਾਈਏ, ਜੇ ਕਿਸੇ ਨੇ ਵੀ ਲੈ ਕੇ ਜਾਣੀਆਂ ਤਾਂ ਲਿਜਾ ਸਕਦੇ ਹੋ ਸਬਜ਼ੀਆਂ, ਅਤੇ ਇਹ ਅੱਡੋ ਅੱਡ ਇਹਨੂੰ ਪੇਂਟ ਕਰਨਾ, ਹੋਰ ਕਰਨਾ, ਕੋਈ ਵੀ ਆਪਣੇ ਸ਼ੌਂਕ ਪੂਰੇ ਕਰਨੇ ਆ, ਉਹ ਕਹਿੰਦੇ ਇੱਥੇ ਆ ਕਰੋ। ਆਹ ਲੈ ਮੇਰੇ ਦੁਸ਼ਮਣ ਫੇਰ ਡਰ ਕੇ ਭੱਜ ਗਏ ਮੇਰੇ ਤੋਂ, ਉਹ ਲੈ ਉਹ ਕੁਛ ਨਹੀਂ ਕਹਿੰਦਾ ਪਤੰਦਰੋ। ਆ ਲਓ ਜੀ ਦੇਖੋ ਕਿਵੇਂ ਜਿਹੜੀ ਇਹਨੂੰ ਕਮਿਊਨਿਟੀ ਗਾਰਡਨ ਨੂੰ, ਬੁਸ਼ ਨੂੰ ਕਿਵੇਂ ਵਧੀਆ ਇਹਨਾਂ ਨੇ ਮੇਨਟੇਨ ਕੀਤਾ ਹੋਇਆ। ਇੱਥੇ ਸ਼ਾਮ ਨੂੰ ਆ ਕੇ ਬਜ਼ੁਰਗ ਬਹਿੰਦੇ ਆ, ਜਦੋਂ ਆਪਦੀ ਥੋੜ੍ਹੀ ਬਹੁਤ ਕਸਰਤ ਹੋ ਜਾਂਦੀ ਆ, ਖੁਰਪੀ ਚਲਾਉਂਦੇ ਆ, ਸਬਜ਼ੀਆਂ ਉਗਾਉਂਦੇ ਆ, ਉਹਨਾਂ ਨੂੰ ਪਾਣੀ ਲਾਉਂਦੇ ਆ, ਨਿੱਕੀਆਂ ਨਿੱਕੀਆਂ ਚੀਜ਼ਾਂ ਨਾ ਇੱਥੇ ਆ ਸ਼ੈੱਡ ਦੇ ਵਿੱਚ ਇਹਨਾਂ ਨੂੰ ਦੇ ਦਿੰਦੇ ਆ, ਸਾਧਨ ਦੇ ਦਿੰਦੇ ਆ। ਅਤੇ ਹਾਂ ਮੈਂ ਤੁਹਾਨੂੰ ਦਿਖਾਉਣਾ ਕਲਾਕਾਰੀਆਂ ਕੀਤੀਆਂ ਲੋਕਾਂ ਦੀਆਂ। ਆਹ ਦੇਖੋ ਜੀ ਕੋਕ ਦੇ ਡੱਬੇ ਤੋਂ ਬਣਾਇਆ ਹੋਇਆ ਪੱਖਾ, ਬੜਾ ਵਧੀਆ ਚੱਲ ਰਿਹਾ ਸੀ ਹੁਣੇ ਇਹ। ਲਓ ਜੀ ਇੱਕ ਕੇਨ ਤੋਂ ਬਣਾਇਆ ਹੋਇਆ ਪੱਖਾ ਜੀ, ਅਤੇ ਇੱਦਾਂ ਪੱਖੇ ਲੱਗੇ ਹੋਏ ਆ ਚੀਜ਼ਾਂ। ਟਮਾਟਰ ਉਗਾ ਰੱਖਿਆ ਜੀ ਬਜ਼ੁਰਗਾਂ ਨੇ ਵਿੱਚ ਪਾਣੀ ਦਾ ਸਿਸਟਮ ਲਾ ਕੇ, ਉੱਧਰ ਕੁਛ ਬਰੋਕਲੀ, ਆਹ ਸਟ੍ਰੋਬੇਰੀ ਲੱਗਦੀ ਆ, ਉਹ ਦੇਖੋ ਉੱਧਰ ਬੈੱਡ ਹੋਰ ਆ, ਲਸਣ ਲੱਗਦੀ ਹੈ ਜੀ, ਆਹ ਵੀ ਕੁਛ ਹੋਰ ਆ, ਗੰਨੇ ਤਾਂ ਨਹੀਂ ਹੈਗੇ ਪਰ ਕੁਛ ਹੈਗਾ। ਲਓ ਜੀ ਇੱਥੇ ਆ ਹੋਰ ਹਰਬਸ ਆ। ਸੋ ਬਹੁਤ ਸਾਰੀਆਂ ਚੀਜ਼ਾਂ ਇਹ ਜਿਹੜੀਆਂ ਇੱਥੇ ਆਇਆ ਉਗਾਉਂਦੇ ਆ, ਅਤੇ ਇੱਦਾਂ ਇੱਕ ਆਪਦਾ ਕਮਿਊਨਿਟੀ ਗਾਰਡਨ ਬਣਾ ਕੇ, ਅਤੇ ਸਾਰੀ ਇੱਕ ਕਹਿ ਸਕਦੇ ਹਾਂ ਵੀ ਵਿਹਲਾ ਬੰਦਾ ਨਾਲੇ ਤਾਂ ਇੱਥੇ ਸੋਸ਼ਲ ਹੋ ਜਾਂਦਾ, ਇੱਕ ਦੂਜੇ ਨਾਲ ਮਿਲ ਲੈਂਦਾ, ਹੱਸ ਖੇਡ ਲੈਂਦਾ, ਅਤੇ ਨਾਲੇ ਆ ਕੇ ਇਸ ਕਮਿਊਨਿਟੀ ਗਾਰਡਨ ਦਾ ਹਿੱਸਾ ਬਣ ਜਾਂਦੇ ਆ, ਅਤੇ ਇਹਦੇ ਨਾਲ ਇੱਕ ਭਾਈਚਾਰਕ ਆਪਣਤ ਵੀ ਆਉਂਦੀ ਆ। ਤੁਸੀਂ ਦੇਖੋ ਪਿੱਛੋਂ ਤੱਕ ਉਹ ਦਰੱਖਤਾਂ ਨੂੰ ਨੀਲਾ ਰੰਗ ਕੀਤਾ ਹੋਇਆ, ਦੂਰ ਤੱਕ ਹੈ ਜੀ ਇਹ। ਅਤੇ ਇੱਧਰ ਆ ਗੋਭੀ ਦੀ ਉਗਾਈ ਹੋਣੀ ਇਹਨਾਂ ਬੈੱਡਾਂ ਦੇ ਵਿੱਚ, ਸੋ ਫਰੂਟ ਟ੍ਰੀ ਆ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਹ ਅਕਸਰ ਕਰਦੇ ਰਹਿੰਦੇ ਆ, ਜਿਹੜੀਆਂ ਕਮਿਊਨਿਟੀ ਦੀਆਂ ਜਿਹੜੀਆਂ ਐਕਟੀਵਿਟੀਜ਼ ਦੇ ਲੋਇੰਸ ਕਲੱਬ ਵੱਲੋਂ ਜਿਹੜਾ ਸਪੋਂਸਰਡ ਆ, ਪਰ ਬਹੁਤ ਵਧੀਆ ਇੱਕ ਕੋਰਨਰ 'ਚ ਬਣਿਆ ਹੋਇਆ ਜੀ ਈਡਨ ਹੋਪ ਦੇ ਵਿੱਚ। ਲਓ ਜੀ ਦੋਸਤੋ
ਜਿਹੜਾ ਅੱਜ ਦਾ ਜਿਹੜਾ ਟੂਰ ਆ ਉਹ ਮੁਕਾਮ 'ਤੇ ਪਹੁੰਚ ਚੁੱਕਿਆ ਅਤੇ ਅੱਜ ਜਿਹੜਾ ਪਿੰਡ ਆਸਟ੍ਰੇਲੀਆ ਦਾ ਈਡਨ ਹੋਪ ਦੇ ਉੱਤੇ ਦੂਜਾ ਐਪੀਸੋਡ ਬਣਨ ਦਾ ਸਵਾਬੀ ਬਣਿਆ। ਮੈਂ ਤਾਂ ਤੇਰੇ ਸਾਹਮਣੇ ਨਹਾਤਾ ਧੋਤਾ ਵੀ ਨਹੀਂ ਸੀ, ਸੜ ਕੇ ਉੱਠਿਆ, ਪਤਾ ਲੱਗਿਆ ਵੀ ਸਿੱਧੂ ਸਾਹਿਬ ਅਜੇ ਇੱਥੇ ਆ ਅਤੇ ਮੈਂ ਉਹਨੂੰ ਲੱਭਣ ਤੁਰਿਆ ਅਤੇ ਲੱਭ ਗਏ ਅਤੇ ਅਸੀਂ ਹੋਰ ਜਿਹੜਾ ਪਿੰਡ ਦੀ ਜਿਹੜੀ ਜਾਣਕਾਰੀ ਜਿਹੜੀ ਮੈਨੂੰ ਵੀ ਨਹੀਂ ਪਤਾ ਸੀ ਉਹ ਸਿੱਧੂ ਸਾਹਿਬ ਨੂੰ ਪਤਾ ਸੀ। ਸੋ ਬੜਾ ਚੰਗਾ ਲੱਗਿਆ ਸਿੱਧੂ ਸਾਹਿਬ ਤੁਸੀਂ ਸਾਡੇ ਪਿੰਡ 'ਚ ਆਏ, ਉਹ ਵੀ ਵੀਡੀਓ ਦੇਖ ਕੇ, ਅਤੇ ਉਮੀਦ ਆ ਵੀ ਗਾਂਹ ਨੂੰ ਤੁਸੀਂ ਹੋਰ ਲੋਕਾਂ ਨੂੰ ਵੀ ਜ਼ਰੂਰ ਇਹ ਸਾਡੇ ਸ਼ੋਅ ਬਾਰੇ ਅਤੇ ਇਸ ਚੀਜ਼ ਬਾਰੇ ਦੱਸੋਗੇ ਤਾਂ ਕਿ ਜਿਹੜਾ ਅਸੀਂ ਸਾਂਝ ਆ ਇੱਕ ਦੂਜੇ ਨਾਲ ਹੁਣ ਦੂਰ ਬੈਠਿਆਂ ਦੀ ਉਹ ਸਾਂਝ ਅਸੀਂ ਬਣੀ ਰਹੇ। ਅਤੇ ਤੁਸੀਂ ਸਾਡੇ ਜਾਂਦੇ ਜਾਂਦੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ? ਨਹੀਂ, ਬਹੁਤ ਚੰਗਾ ਲੱਗਿਆ ਮੈਨੂੰ ਇੱਥੇ ਆ ਕੇ, ਮੈਂ ਤਾਂ ਮਹੀਨਾ ਲਾਇਆ ਇੱਥੇ, ਬਹੁਤ ਵਧੀਆ ਥਾਂ ਸੀ, ਲੋਕ ਬਹੁਤ ਚੰਗੇ ਸੀ, ਲੋਕ ਮਿਲਦੇ ਸੀਗੇ, ਆਪਦੀਆਂ ਸਟੋਰੀਆਂ ਦੱਸਦੇ ਸੀ, ਸਾਰੀਆਂ ਬਹੁਤ ਚੰਗੇ ਲੋਕ ਇੱਥੇ, ਸਾਰੀ ਦੁਨੀਆਂ ਨਾਲ ਸਾਰੀ ਦੁਨੀਆਂ ਮੈਂ ਘੁੰਮੀ ਆ, ਪਰ ਇੱਥੇ ਸਾਰੇ ਵਧੀਆ ਸੀ, ਇੱਥੇ ਜੀ ਕਰਦਾ ਫੇਰ ਆਈਏ ਫੇਰ ਆਈਏ। ਚਲੋ ਜੀ ਆਇਆਂ ਨੂੰ ਜੀ, ਜਦੋਂ ਮਰਜ਼ੀ ਆਓ, ਤੁਹਾਡਾ ਆਪਦਾ ਸ਼ਹਿਰ ਆ, ਅਤੇ ਉਮੀਦ ਆ ਜਦੋਂ ਤੁਸੀਂ ਅਗਲੀ ਵਾਰ ਆਓਗੇ ਅਸੀਂ ਹੋਰ ਤੁਹਾਡੀਆਂ ਯਾਦਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਅਤੇ ਫਿਲਹਾਲ ਅੱਜ ਆਪਾਂ ਅੱਜ ਦਾ ਇਹ ਐਪੀਸੋਡ ਇੱਥੇ ਰੋਕਦੇ ਹਾਂ, ਹਾਂ, ਅਤੇ ਫਿਰ ਜ਼ਰੂਰ ਮਿਲਦੇ ਰਹਾਂਗੇ ਜੀ, ਅਤੇ ਕਿਤੇ ਨਾ ਕਿਤੇ ਇੰਗਲੈਂਡ ਦਰਸ਼ਨ ਕਰਦੇ ਹਾਂ ਫਿਰ ਤੁਹਾਡੇ। ਹਾਂਜੀ, ਸੋ ਬਹੁਤ ਮਿਹਰਬਾਨੀ ਜੀ, ਥੈਂਕ ਯੂ। ਤੁਸੀਂ ਕਿਤੇ